ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖਾਂ ਦੇ ਮੁੰਡੇ ਮਰਵਾਉਣ ਦੀ ਫਿਰ ਤਿਆਰੀ ਨਹੀਂ ਹੋ ਰਹੀ ਲੱਗਦੀ, ਕਿਉਂਕਿ ਏਜੰਡਾ ਪੰਜਾਬ ਨੂੰ ਵਸਾਉਣ ਦਾ ਘੱਟ ਫੂਕਣ ਦਾ ਜ਼ਿਆਦਾ ਲੱਗ ਰਿਹਾ। ਮੂੰਹ ਜ਼ਬਾਨੀ ਤੇ ਤੱਥਾਂ ਵਾਲੀਆਂ ਸ਼ਰਾਰਤਾਂ ਹੋ ਰਹੀਆਂ ਨੇ, ਇੰਪੋਰਟੈਂਟ ਹੋ ਜਾਂਦਾ। ਖਾਲਸੇ ਦਾ ਜਨਮ ਕੁਰਬਾਨੀਆਂ ਦੇਣ ਲਈ ਜ਼ਰੂਰ ਹੋਇਆ, ਪਰ ਇਸਦਾ ਮਤਲਬ ਇਹ ਤਾਂ ਨਹੀਂ ਕਿ ਆਪਣੇ ਰਾਜਨੀਤਿਕ ਲਾਲਸਾਵਾਂ ਨੂੰ ਪੂਰੀਆਂ ਕਰਨ ਲਈ ਕੁਝ ਪਰਿਵਾਰ ਕੁਝ ਦਲ ਮਿਲ ਕੇ ਸਿੱਖਾਂ ਨੂੰ ਹੀ ਕੁਰਬਾਨ ਕਰਦੇ ਰਹਿਣ ਤੇ ਭੋਲੇ ਸਿੱਖ ਉਸਨੂੰ ਆਪਣੇ ਵੱਲੋਂ ਕੀਤੀਆਂ ਕੁਰਬਾਨੀਆਂ ਸਮਝ ਕੇ ਆਪਣੇ ਆਪ ਨੂੰ ਹੌਸਲਾ ਦਿੰਦੇ ਰਹਿਣ। ਸਾਡੇ ਨਾਲ ਇਸੇ ਤਰ੍ਹਾਂ ਹੋਣਾ ਸੀ। ਅੰਨੀ ਰਾਇਤ ਕੀ ਸਿੱਖਾਂ ਨੂੰ ਸਿਰਫ ਤਲਵਾਰ ਚਲਾਉਣ, ਤੀਰ ਚਲਾਉਣ, ਲੜਾਈ ਕਰਨ ਲਈ ਗੁਰੂ ਸਾਹਿਬ ਨੇ ਖਾਲਸਾ ਪ੍ਰਗਟ ਕੀਤਾ ਸੀ? ਅਸੀਂ ਧਾੜਵੀਆਂ ਦੀ ਨਸਲ ਤਾਂ ਨਹੀਂ ਹਾਂ ਤੇ ਨਾ ਹੀ ਅਸੀਂ ਵਿਦਰੋਹੀਆਂ ਦੀ ਨਸਲ। ਗੁਰੂ ਨਾਨਕ ਦੀ 10ਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰ ਤੋਂ ਪਹਿਲਾਂ ਸ਼ਾਸਤਰ ਨੂੰ ਵੱਡਾ ਕੀਤਾ ਤੇ ਉਹਨਾਂ ਅੱਗੇ ਹੀ ਸਿਰ ਝੁਕਾਉਣ ਦੀ ਤਾਕੀਦ ਕੀਤੀ ਹੈ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ ਉਪਰੰਤ। ਸਾਡਾ ਸਭ ਤੋਂ ਵੱਡਾ ਹਥਿਆਰ ਤੇ ਗੁਰੂ ਗ੍ਰੰਥ ਸਾਹਿਬ ਨੇ, ਸ਼ਸਤਰ ਨੇ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਵਾਰਿਸ ਗੱਦੀ ਨਸ਼ੀਨ ਬਣਾ ਕੇ ਗਏ ਨੇ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਮਝਣ ਅਤੇ ਉਸ ਉੱਪਰ ਅਮਲ ਕਰਨ ਦੀ ਜੁਗਤ ਅਸੀਂ ਉਸਨੂੰ ਆਪਣੀ ਅੰਨੀ ਭਗਤੀ ਦੇ ਇਸੇ ਕਮਰਿਆਂ ਵਿੱਚ ਕੈਦ ਕਰ ਲਿਆ। ਡੇਰੇਦਾਰਾਂ ਨੇ ਗੱਦੀਆਂ ਸਾਂਭ ਲਈਆਂ, ਚਿੱਟੇ ਚੋਲੇ ਪਾ ਲਏ, ਗੁਰੂ ਨਾਨਕ ਸਾਹਿਬ ਦੀ ਤਸਵੀਰ ਭਗਤੀ ਵਾਲੀ ਬਣਾ ਕੇ ਪ੍ਰਚਾਰ ਕੀਤੀ। ਸੰਗਤਾਂ ਦੇ ਮਨਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਕਿਰਤ ਕਰਨ ਵਾਲੀ ਤਸਵੀਰ ਹੀ ਨਾ ਉਭਰਨ ਦਿੱਤੀ। ਮੈਂ ਸਿੱਖਾਂ ਦੇ ਮੁੰਡਿਆਂ ਨੂੰ ਮਰਵਾਉਣ ਦੀ ਕੀਤੀ ਜਾ ਰਹੀ ਤਿਆਰੀ ਦੀ ਹੀ ਗੱਲ ਕਰ ਰਿਹਾ। ਸਾਧ ਸੰਗਤ ਜੀ, ਪੂਰਾ ਵੀਡੀਓ ਦੇਖਣਾ ਪੂਰਾ ਵੀਡੀਓ ਦੇਖਣ ਲਈ ਤੁਹਾਨੂੰ ਮੇਰੇ ਨਾਲ ਅੰਤ ਤੱਕ ਜੁੜੇ ਰਹਿਣਾ ਪੈਣਾ, ਤੁਹਾਨੂੰ ਪੂਰੀ ਗੱਲ ਸਮਝ ਆਏਗੀ। ਕਿਉਂਕਿ ਇਹ ਰਾਜਨੀਤੀ ਨਹੀਂ ਹੈ ਪੰਜਾਬ ਦੀ, ਇਹ ਧਰਮ ਹੈ। ਸਿੱਖੀ ਨੂੰ ਹੀ ਹਮੇਸ਼ਾ ਕਿਉਂ ਅੱਗ ਦੇ ਵਿੱਚ ਸਿੱਟਿਆ ਜਾਂਦਾ? ਸਿੱਖੀ ਦੇ ਉੱਤੇ ਹੀ ਕਿਉਂ ਆਪਣੀਆਂ ਰੋਟੀਆਂ ਸਿੱਕੀਆਂ ਜਾਂਦਾ? ਤੁਸੀਂ ਇਹ ਦੇਖੋ ਕਿ ਗੁਰੂ ਨਾਨਕ ਸਾਹਿਬ ਦੀ ਕਿਰਤ ਵਾਲੀ ਤਸਵੀਰ ਕਿਉਂ ਨਹੀਂ ਉਭਰਨ ਦਿੱਤੀ ਗਈ? ਗੁਰੂ ਅੰਗਦ ਸਾਹਿਬ ਵੱਲੋਂ ਵਿਦਿਆ ਦੇ ਸੰਸਥਾਨਾਂ ਦੀ ਗੱਲ, ਖੇਡਾਂ ਦੇ ਅਖਾੜੇ ਦੀ ਗੱਲ, ਪੰਚਮ ਪਾਤਸ਼ਾਹ ਛੇਵੇਂ ਪਾਤਸ਼ਾਹ ਦੇ ਵਪਾਰਕ ਮਾਡਲਾਂ ਦੀ ਗੱਲ ਨੂੰ ਸਾਨੂੰ ਸਮਝਣ ਹੀ ਕਿਉਂ ਨਹੀਂ ਦਿੱਤਾ ਗਿਆ? ਜਰਾ ਸੋਚੋ, ਸੋ ਆਪਾਂ ਗੱਲ ਕਰ ਰਹੇ ਹਾਂ ਸਿੱਖਾਂ ਦੇ ਮੁੰਡਿਆਂ ਨੂੰ ਮਰਵਾਉਣ ਦੀ ਤਿਆਰੀ ਵੱਡੇ ਪੱਧਰ ਉੱਪਰ ਹੋ ਚੁੱਕੀ ਹੈ। ਇੱਕ ਵਾਰ ਫੇਰ ਕਿੰਨੀ ਵਾਰ ਹੋ ਰਿਹਾ? ਹਾਂ, ਤੁਸੀਂ ਮੈਂ ਉਹਨੂੰ ਰੋਕ ਤਾਂ ਨਹੀਂ ਸਕਦੇ ਕਿਉਂਕਿ ਅਸੀਂ ਬਹੁਤ ਹੀ ਵੱਡੇ ਭੁੱਖੇ ਬਣ ਚੁੱਕੇ ਹਾਂ। ਗੁਰੂ ਸਾਹਿਬ ਸਾਡੀ ਕੌਮ ਨੂੰ ਲੰਗਰ ਦੀ ਦਾਤ ਬਖਸ਼ ਕੇ ਗਏ ਸਨ, ਜਿਸ ਨਾਲ ਦੇਣ ਦੀ ਸਮਰੱਥਾ ਬਣੀ ਰਹੇਗੀ, ਦਸਵੰਧ ਕੱਢਣ ਦੀ ਸਮਰੱਥਾ ਬਣੀ ਰਹੇਗੀ, ਮੰਗਣ ਦੀ ਆਦਤ ਕਦੇ ਨਹੀਂ ਪਵੇਗੀ। ਪਰ ਅੱਜ ਸਾਡੀਆਂ ਸਰਕਾਰਾਂ ਦੀਆਂ ਕੋਝੀਆਂ ਚਾਲਾਂ ਅੰਗਰੇਜ਼ਾਂ ਤੋਂ ਸ਼ੁਰੂ ਹੋ ਜਾਵੀਆਂ ਸਾਨੂੰ ਮੰਗ ਤੇ ਬਣਾ ਕੇ ਰੱਖ ਦਿੱਤਾ। ਮੈਂ ਆਪਣੇ ਹੱਕ ਦੀ ਗੱਲ ਨਹੀਂ ਕਰ ਰਿਹਾ, ਉਹ ਤਾਂ ਸਿੱਖੀ ਦਾ ਮੁੱਖ ਸਰੋਤ ਆ। ਆਪਣੇ ਹੱਕ ਲੈਣੇ ਆ, ਉਹਦੇ ਲਈ ਕੋਈ ਵੀ ਕੌਮ ਜੁਝਾਰੂ ਕਦੇ ਸੌਂਦੀ ਨਹੀਂ। ਮੈਂ ਗੱਲ ਕਰ ਰਿਹਾ ਜਿਵੇਂ ਮੁਕਤਸਰ ਵਿੱਚ ਪਿੱਛੇ ਜੇ ਵਕੀਲ ਨੂੰ ਪੁਲਿਸ ਨੇ ਕੁੱਟਿਆ, ਪੂਰੇ ਪੰਜਾਬ ਦੇ ਵਕੀਲ ਉਹਦੀ ਪਿੱਠ ਤੇ ਆ ਗਏ, ਪੁਲਿਸ ਅਫਸਰਾਂ ਦੇ ਤਬਾਦਲੇ ਵੀ ਹੋਏ, ਪਰ ਅਖੀਰ ਆਪਣੀ ਮਜਬੂਰੀ ਦਾ ਬਹਾਨਾ ਲਾ ਕੇ ਵਕੀਲ ਨੇ ਸਮਝੌਤਾ ਕਰ ਲਿਆ ਨਾ, ਜਾਂ ਇਹ ਕਹਿ ਲਓ ਕਿ ਸੌਦਾ ਹੀ ਕਰ ਲਿਆ। ਦੂਜੀ ਉਦਾਹਰਣ, ਪੰਜਾਬੀ ਯੂਨੀਵਰਸਿਟੀ 'ਚ ਇੱਕ ਮਾਸਟਰ ਦੀ ਨਲਾਇਕੀ ਕਰਕੇ ਵਿਦਿਆਰਥਣ ਦੀ ਮੌਤ ਆ ਜਾਂਦੀ ਆ, ਉਹਦੀ ਕਿਰਦਾਰ ਦੀ ਤਸਵੀਰ ਵੀ ਸਾਹਮਣੇ ਆ ਜਾਂਦੀ ਹੈ ਮਾਸਟਰ ਦੀ। ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀਆਂ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਰਾਜਸੀ ਜਥੇਬੰਦੀਆਂ ਨਾਲ ਆ ਕੇ ਖੜ ਜਾਂਦੀਆਂ ਨੇ, ਪਰ ਕੁੜੀ ਦਾ ਪਰਿਵਾਰ ਕੀ ਕਰਦਾ? ਕੁੜੀ ਦੇ ਭਰਾ ਨੂੰ VC ਵੱਲੋਂ ਨੌਕਰੀ ਦੀ ਆਫਰ ਹੁੰਦੀ ਆ, ਬਾਕੀ ਗੱਲਾਂ ਇਨਸਾਫ ਦਿਵਾਉਣ ਦਾ ਭਰੋਸਾ ਹੁੰਦਾ ਤੇ ਮਾਮਲਾ ਠੰਡੇ ਝੋਲੇ ਵਿੱਚ। ਅਜਿਹੇ ਵਕਤ ਵਿੱਚ ਕਿਸੇ ਲਈ ਇਨਸਾਫ ਦੀ ਲੜਾਈ ਲੜਨ ਵਾਲੇ ਵਰਤੇ ਜਾਣ ਵਾਲੇ ਵੱਡੇ ਸਾਬਤ ਹੋਣਗੇ। ਇਸੇ ਤਰ੍ਹਾਂ ਅੰਗਰੇਜ਼ਾਂ ਨੇ ਸਿੱਖਾਂ ਨੂੰ ਵਰਤਿਆ, ਖਾਲਸਾ ਰਾਜ ਦੇਣ ਦਾ ਵਾਅਦਾ ਕਰਕੇ ਦੁਨੀਆਂ ਦੇ ਹਰ ਹਿੱਸੇ ਵਿੱਚ ਲਿਜਾ ਕੇ ਸਾਨੂੰ ਸ਼ਹੀਦ ਕਰਵਾਇਆ। ਦੱਸੋ, ਕਰਵਾਇਆ ਕਿ ਨਹੀਂ ਕਰਵਾਇਆ? ਪਰ ਜਾਂਦਾ ਹੋਇਆ ਇਸ ਕੌਮ ਨੂੰ ਬਿਨਾਂ ਕੋਈ ਦੇਸ਼ ਦਿੱਤੇ ਦੁਬਿਧਾ ਵਿੱਚ ਰਹਿਣ ਲਈ ਛੱਡ ਗਿਆ, ਜਿੱਥੇ ਹਰ 5 ਸਾਲ ਬਾਅਦ ਸਿੱਖਾਂ ਨੂੰ ਆਪਣੇ ਭਾਰਤੀ ਹੋਣ ਦਾ ਪ੍ਰਮਾਣ ਦੇਣਾ ਪੈਂਦਾ, ਨਹੀਂ ਤਾਂ ਕੌਮ ਗੱਦਾਰ ਹੈ।
सिखा दे मुंडे मरवाउण दी गल तुहानू समझ आउण तां लग गई होवेगी, पर थोड़ी देर होर रुको, थोड़ी देर वीडियो पूरा सुनो, तस्वीर पूरी दिखा के जावांगा जनाब, कहानियां नहीं पाके जावांगा। पंजाब नूं सूबी किसने बनाया? 1947 विच हिमाचल प्रदेश दिल्ली दे चांदनी चौंक यमुना तक पंजाब दे रेवेन्यू एक्ट चलदे सी, ते पंजाब नूं सूबी किहने बनाया? आपां नूं पता ना सूबी किहने बनवाया, इतिहास पूरे दा भरे पूरा भरिया पिया। सतलुज यमुना लहर नहर जिहड़ी है इह कदे ना कदे बननी सी ना कदे बणेगी, क्योंकि इहदी जरूरत ही नहीं हैगी। हरियाणा नूं जेकर पानी दी जरूरत है तां रावी तक जाण दी की जरूरत पई आ? उहदे होर भी हल ने, उह भी हो सकदे ने, पर उहदे नाल पंजाब विच अग लाउण दे मौके खत्म हो जाण। अकालियां दा कांग्रेस दा इतिहास गवाह कि इन्हां ने अपने दिल्ली दे मालकां अते दिल्ली दे आकावां अते दिल्ली दे भाईवालां नूं खुश करन लई पंजाब दे मसले कदे हल ही नहीं करवाए, कदे हल ही नहीं होण दित्ते। मिसाल दे तौर दे उत्ते बद्दी सिंह, इही साडियां सरकारां सी पंथक सरकारां जिन्हां दे दौरान उत्थों दे डीसीआं ने एफीडेविट दित्ते ਕਿ ਬੰਦੀ ਸਿੰਘ ਦੇ ਪਰੋਲ ਦੇ ਉੱਤੇ ਆ ਜਾਣ ਨਾਲ ਪੂਰੇ ਇਲਾਕੇ ਵਿੱਚ ਅਸ਼ਾਂਤੀ ਫੈਲ ਜਾਏਗੀ, ਅੱਤਵਾਦ ਦਾ ਦੌਰ ਮੁੜ ਦੁਬਾਰੇ ਚੱਲ ਪਏਗਾ। ਤੇ ਹੁਣ ਜਿਹੜੇ ਆ ਬੈਠੇ ਨੇ ਸਿੰਘ ਆਏ ਹੋਏ ਪਰੋਲ ਦੇ ਉੱਤੇ, ਦੱਸੋ ਕੋਈ ਹੋਇਆ? ਇਹ ਸ਼ਰਾਰਤਾਂ ਨੂੰ ਕਦੋਂ ਕਿਉਂ ਭੁੱਲ ਰਹੇ ਹੋ ਤੁਸੀਂ? ਅਕਾਲੀ ਦਲ ਪੰਜਾਬ ਦੇ ਵਿੱਚ 10 ਸਾਲ ਰਾਜ ਕਰਕੇ ਗਿਆ, ਕੇਂਦਰ ਵਿੱਚ ਪਹਿਲਾਂ ਵਾਜਪਾਈ ਸਾਹਿਬ ਨਾਲ, ਫਿਰ ਮੋਦੀ ਸਾਹਿਬ ਨਾਲ, ਕੇਂਦਰ ਸਰਕਾਰ 'ਚ ਬੈਠੇ ਰਹੇ। ਇਹ ਮਸਲਾ ਹੱਲ ਕਰਾਉਣ ਦੀਆਂ ਕੋਸ਼ਿਸ਼ਾਂ ਕਦੇ ਨਹੀਂ ਕੀਤੀਆਂ। ਅਖਬਾਰਾਂ ਵਿੱਚ ਫੋਟੋ ਲੱਗੀ ਆ, ਸੁਖਬੀਰ ਬਾਦਲ ਦੇ ਇੱਕ ਪਾਸੇ ਚੰਦੂ ਮਾਜਰਾ ਸਾਹਿਬ ਬੈਠੇ ਨੇ, ਇੱਕ ਪਾਸੇ ਰੱਖੜਾ ਸਾਹਿਬ ਬੈਠੇ ਨੇ, ਨਾਲ ਚੰਦੂ ਮਾਜਰਾ ਸਾਹਿਬ ਦੇ ਬੇਟੇ ਬੈਠੇ ਨੇ। ਮੈਂ ਪੁੱਛਦਾ ਚੰਦੂ ਮਾਜਰਾ ਸਾਹਿਬ ਤੁਸੀਂ ਵੀ ਸੰਸਦ ਵਿੱਚ ਰਹੇ ਹੋ, ਸੁਖਬੀਰ ਬਾਦਲ ਸਾਹਿਬ ਵੀ ਸੰਸਦ ਵਿੱਚ ਰਹੇ ਨੇ, ਬੀਬਾ ਹਰਸਿਮਰਤ ਬਾਦਲ ਵੀ ਸੰਸਦ ਵਿੱਚ ਨੇ, ਹੋਰ ਵੀ ਅਕਾਲੀ ਸੰਸਦ ਵਿੱਚ ਰਹੇ ਨੇ, ਖੁੱਲਾ ਵਕਤ ਰਿਹਾ। ਸੁਖਦੇਵ ਸਿੰਘ ਢੀਂਡਸਾ ਵੀ, ਹਰਸਿਮਰਤ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਮੰਤਰੀ ਵੀ ਰਹੇ ਨੇ, ਸੁਖਬੀਰ ਬਾਦਲ ਵੀ ਮੰਤਰੀ ਰਿਹਾ। ਫਿਰ ਪੰਜਾਬ ਦੇ ਮਸਲੇ ਕਿਉਂ ਨੀ ਹੱਲ ਕਰਵਾਏ ਤੁਸੀਂ? ਇਹ SYL ਦਾ ਮੁੱਦਾ ਤੁਸੀਂ ਉੱਥੇ ਖਤਮ ਕਰਾ ਕੇ ਕਿਉਂ ਨੀ ਮੁੜੇ? ਜਦੋਂ ਸਰਕਾਰ ਵਿੱਚੋਂ ਤਾਂ ਆਪਣੇ ਧੰਦੇ ਚਮਕਾਓ, ਤੇ ਜਦੋਂ ਸਰਕਾਰ ਤੋਂ ਬਾਹਰ ਤਾਂ ਜਜ਼ਬਾਤਾਂ ਦੀਆਂ ਪੰਡਾਂ ਬੰਨ ਕੇ ਉਹਨਾਂ ਨੂੰ ਅੱਗ ਲਾ ਕੇ ਦੂਜਿਆਂ ਦੇ ਮੁੰਡੇ ਮਰਵਾਓ। ਕਾਂਗਰਸ ਵੇਲੇ ਵੀ ਉਸੇ ਥੈਲੀ ਦੇ ਚੱਕੇ ਵੱਟੇ ਸਨ, ਸੋਨੇ ਦੀਆਂ ਕਹੀਆਂ ਦੇਣ ਵਾਲੇ। ਹੁਣ ਭਾਜਪਾ ਪੰਜਾਬ ਰਾਜ ਨੇ ਕੈਪਟਨ ਸਾਹਿਬ ਦੀ ਗੱਲ ਕਰ ਰਿਹਾ, ਸਮੀਰ ਜਾਖੜ ਵੀ ਉਸੇ ਕਾਂਗਰਸ ਵਿੱਚ ਵੀ ਭਾਜਪਾ ਚ ਗਏ ਨੇ ਨਾ, ਜਿਹਨੇ ਦਰਬਾਰ ਸਾਹਿਬ ਤੇ ਫੌਜ ਚੜਾਈ ਸੀ ਅੱਤਵਾਦ ਦੇ ਨਾਂ ਦੇ ਉੱਪਰ, ਬੇਕਸੂਰੇ ਸਿੱਖਾਂ ਦੇ ਮੁੰਡੇ ਮਾਰੇ ਸੀ, ਤੇ ਉਹ ਬੇਚਾਰੇ ਡਰਦੇ ਹੋਏ ਵਿਦੇਸ਼ ਵਿੱਚ ਤਾਂ ਜਾਂਦੇ ਤੱਕ ਕੀ ਕਰਦੇ। ਹੁਣ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਜਿਹੜੀਆਂ ਸ਼ਰਣਾਂ ਲਈਆਂ ਨੇ ਉਹ ਵੀ ਅੱਤਵਾਦੀ ਦੇ ਤੌਰ ਤੇ ਲਈਆਂ, ਮਤਲਬ ਮੇਰਾ ਕੁੱਤਾ ਟੌਮੀ ਤੇ ਤੁਹਾਡਾ ਕੁੱਤਾ। ਸੋ ਜੋ ਅਕਾਲੀਆਂ ਨੇ 10 ਸਾਲ ਰਾਜ ਵਿੱਚ ਸੀ, ਕੋਈ ਦੁੱਧ ਧੋਤਾ ਨਹੀਂ, ਨਾ ਕਾਂਗਰਸ ਦੁੱਧ ਧੋਤੀ, ਨਾ ਅਕਾਲੀ ਦੁੱਧ ਧੋਤੇ, ਨਾ ਭਾਜਪਾ ਵਾਲੇ ਦੁੱਧ ਧੋਤੇ, ਉਹ ਵੀ ਤਾਂ ਅਕਾਲੀਆਂ ਨਾਲ 10 ਸਾਲ ਰਾਜ 'ਚ ਰਹੇ ਨੇ। ਉਹਨਾਂ ਨੇ ਕੀ ਕਰ ਲਿਆ? ਉਹਨਾਂ ਨੇ ਕਿਹੜਾ ਪੰਜਾਬ ਦੀ ਕਦੇ ਪੂਰੀ ਆ? ਉਹਨਾਂ ਨੇ ਵੀ ਦਿੱਲੀ ਦੀ ਪੂਰੀ ਆ। ਅਕਾਲੀ ਬੋਲ ਰਹੇ ਨੇ ਕਿ ਭਾਵੇਂ ਪੰਜਾਬ ਦੇ ਵਿੱਚ ਕਪੂਰੀ ਦੇ ਬਾਰਡਰ ਤੇ ਬੈਠੇ ਬੋਲ ਰਹੇ ਨੇ ਕਿ ਫੌਜ ਲਾ ਦਿਓ, ਸਰਵੇ ਨਹੀਂ ਹੋਣ ਦੇਣਾ। ਹੁਣ ਖਾਲਸਾ ਜੀ, ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਕਿ 4% ਬੰਦੇ ਤੁਹਾਡੇ ਨਾਲ ਨਹੀਂ ਪੰਜਾਬ ਦੇ, ਤੇ ਤੁਸੀਂ ਪੰਜਾਬ ਤੇ ਫੌਜ ਚੜਾਉਣ ਦਾ ਮੋਦੀ ਨੂੰ ਸੱਦਾ ਦੇ ਰਹੇ ਹੋ, ਉਹਨੂੰ ਉਤਾਵਲਾ ਕਰ ਰਹੇ ਹੋ? ਪੰਜਾਬ ਦਾ ਰਾਜਪਾਲ ਬਨਵਾਰੀ ਲਾਲ ਤਾਂ ਪਹਿਲੇ ਮੌਕਾ ਲੱਭਦਾ ਫਿਰ ਰਿਹਾ, ਉਹ ਤਾਂ ਪਹਿਲੇ ਧਮਕੀ ਦੇ ਚੁੱਕਿਆ ਭਗਵੰਤ ਮਾਨ ਕਿ ਮੈਂ ਲਵਾ ਦੂੰ ਤੇਰੇ ਤੇ ਫੌਜੀ ਰਾਜ। ਰਾਸ਼ਟਰਪਤੀ ਰਾਜ ਉਹੀ ਹੁੰਦਾ ਜਦੋਂ ਸੁਖਬੀਰ ਬਾਦਲ ਐਂਡ ਫੈਮਿਲੀ ਐਂਡ ਪਾਰਟੀ ਐਂਡ ਬ੍ਰਦਰਸ ਐਂਡ ਸਿਸਟਰਸ ਐਂਡ ਫਰੈਂਡਸ ਮੋਦੀ ਨਾਲ ਬੈਠ ਕੇ ਡੈਮਾਂ ਦੇ ਬਿੱਲ ਪਾਸ ਕੀਤੇ, ਜਿਹੜਾ ਡੈਮਾਂ ਦਾ ਰਾਸ਼ਟਰੀਕਰਨ ਕੀਤਾ, ਇਹ ਆਪਣੇ ਕਿਸਾਨ ਜਥੇਬੰਦੀਆਂ ਨੂੰ ਤਾਂ ਹੁਣ ਪਤਾ ਲੱਗਿਆ ਕਿ ਡੈਮਾਂ ਦਾ ਰਾਸ਼ਟਰੀਕਰਨ ਹੋ ਗਿਆ, ਦਰਿਆਵਾਂ ਦਾ ਰਾਸ਼ਟਰੀਕਰਨ ਹੋ ਗਿਆ, ਉਹਨਾਂ ਦੇ ਬਿੱਲਾਂ ਦੇ ਉੱਪਰ ਸਹਿਮਤੀ ਕਿਹਨੇ ਜ਼ਾਹਰ ਕੀਤੀ? ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕੀਤੀ, ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਰਹੇ ਨੇ, ਕੈਪਟਨ ਅਮਰਿੰਦਰ ਸਿੰਘ ਵੀ ਰਹੇ ਨੇ, ਉਸ ਸਮੇਂ ਅਕਾਲੀ ਉੱਥੇ ਮੰਤਰੀ ਵੀ ਰਹੇ ਨੇ। ਉਦੋਂ ਤੁਸੀਂ ਡੈਮ ਤੇ ਸਹੀ ਪਾਉਣ ਲੱਗੇ ਕਿਉਂ ਨੀ ਕਹਿਤਾ ਕਿ SYL ਦਾ ਮੁੱਦਾ ਖਤਮ ਕਰੋ? ਅਸੀਂ ਇਹਨੂੰ ਭਰ ਚੁੱਕੇ ਹਾਂ, ਅਸੀਂ ਇਹਨੂੰ ਭਰ ਚੁੱਕੇ ਹਾਂ ਆਪਣੇ ਰਾਜਪਾਲ ਨੂੰ ਕਹਿ ਕੇ, ਉਦੋਂ ਦੇ ਬਾਦਲ ਸਾਹਿਬ ਦਾ ਜਿਹੜਾ
ਆਪਣਾ ਹੈਗਾ ਉਹ ਸਾਈਨ ਕਰਵਾ ਕੇ ਦਿਓ। ਉਹਨੂੰ ਸੁਪਰੀਮ ਕੋਰਟ ਵਿੱਚ ਕਿਉਂ ਖੜਾ ਕੀਤਾ ਹੋਇਆ? ਜੇ ਸੁਪਰੀਮ ਕੋਰਟ ਦੇ ਅਯੁੱਧਿਆ ਦੇ ਫੈਸਲੇ ਅਦਾਲਤ ਤੋਂ ਬਾਹਰ ਬੈਠ ਕੇ ਹੱਲ ਹੋ ਸਕਦੇ ਨੇ ਤਾਂ ਇਹਦਾ ਫੈਸਲਾ ਬਾਹਰ ਬੈਠ ਕੇ ਕਿਉਂ ਨਹੀਂ ਹੋਇਆ? ਕਿਉਂ ਹਰਿਆਣੇ ਦੇ ਪੱਖ ਵਿੱਚ ਪੂਰਿਆ ਗਿਆ? ਕਿਉਂ ਹਰਿਆਣੇ ਦਾ ਅੱਜ ਪੱਬ ਭਾਰੀ ਆ ਕੋਰਟ ਦੇ ਵਿੱਚ? ਤੁਸੀਂ ਅੱਜ ਕਪੂਰੀ ਤੇ ਜਾ ਬੈਠੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੇੜੇ ਦਿਖ ਰਹੀਆਂ ਨੇ ਆਈਆਂ ਹੋਈਆਂ। ਆਮ ਆਦਮੀ, ਅਕਾਲੀ, ਭਾਜਪਾ, ਕਾਂਗਰਸ ਇਸ ਵੇਲੇ ਦਾ ਏਜੰਡਾ ਪੰਜਾਬ ਨੂੰ ਵਸਾਉਣ ਦਾ ਤਾਂ ਲੱਗ ਹੀ ਨਹੀਂ। ਇਹਨਾਂ ਨੂੰ ਭਲੀ ਭਾਂਤ ਜਾਣਕਾਰੀ ਹੈ ਕਿ ਇਸ ਵੇਲੇ 25-30 ਲੱਖ ਬੇਰੁਜ਼ਗਾਰ ਬੱਚੇ ਪੰਜਾਬ ਦੇ ਘੁੰਮ ਰਹੇ ਨੇ, ਜਿਹੜੇ ਵਲੈਤ ਵੀ ਜਾ ਨਹੀਂ ਸਕਦੇ, ਜਿਹੜੇ ਪੰਜਾਬ ਤੋਂ ਬਾਹਰ ਵੀ ਨਹੀਂ ਜਾ ਸਕਦੇ। ਉਹਨਾਂ ਨੂੰ ਨੌਕਰੀਆਂ ਚਾਹੀਦੀਆਂ ਨੇ 5,000 ਤੋਂ ਲੈ ਕੇ 20,000 ਤੱਕ ਦੀ ਕੋਈ, ਉਹ ਨਹੀਂ ਤਾਂ ਜਿਹਦੇ ਕੋਲ ਪੈਸਾ ਹੋਊ ਵਲੈਤ ਜਾਣ ਦੀ ਥਾਂ ਦੇ ਉੱਪਰ ਭੋਪਾਲ ਜਾ ਕੇ ਇੰਦੌਰ ਜਾ ਕੇ ਵਪਾਰ ਕਰ ਲੂਗਾ, ਪਰ ਨਹੀਂ ਉਹ ਇਹੋ ਜਿਹੇ ਵੀ ਨਹੀਂ ਹੈਗੇ। ਸੋ ਉਹਨਾਂ ਨੂੰ ਉਕਸਾਇਆ ਜਾਵੇ ਤਾਂ ਇਹਨਾਂ ਦੇ ਇਕੱਠ ਵੱਡੇ ਹੋਣ ਲੱਗ ਜਾਣਗੇ। ਇਹਨਾਂ ਨੂੰ ਤਾਂ ਗੁਰਪਤਵੰਤ ਪੰਨੂ ਵਾਂਗੂ ਮੀਡੀਆ ਵਿੱਚ ਇਨਾਮ ਵੀ ਦੇਣ ਦੀ ਲੋੜ ਨਹੀਂ ਪਈ ਕਿ ਜਿਹੜਾ ਝੰਡਾ ਪਾੜੂਗਾ ਉਹਨੂੰ $5,000 ਦਾ ਨਾਮ। ਇਹਨਾਂ ਦਾ ਚੁੱਪਚਾਪ ਫੈਸਲੇ ਚਲੇ ਜਾਣੇ ਆ। ਜਿਹੜੇ ਜਵਾਕ ਥੋੜੇ ਪੈਸਿਆਂ ਲਈ ਨਸ਼ੇ ਦਾ ਕੰਮ ਕਰ ਰਹੇ ਨੇ, ਕੋਰੀਅਰ ਬਣੇ ਹੋਏ ਨੇ, ਗੈਂਗਾਂ ਵਿੱਚ ਪੈ ਕੇ ਲੜ ਰਹੇ ਨੇ, ਉਹਨਾਂ ਲਈ ਤਾਂ ਸਖਾਲਾ ਕੰਮ। ਉਹ ਤੁਸੀਂ ਦੇਖੋ, ਉਹ ਵੀ ਉਸ ਵੇਲੇ ਜਦੋਂ ਪੂਰੀ ਦੁਨੀਆ ਵਿੱਚ ਸਿੱਖਾਂ ਨੂੰ ਖਾਲਿਸਤਾਨੀ ਅੱਤਵਾਦੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਨੂੰ ਜੇਕਰ ਅੱਗ ਲੱਗਦੀ ਹੈ, ਫੌਜ ਆਉਂਦੀ ਹੈ, ਆਪਾਂ ਸੁਪਰੀਮ ਕੋਰਟ ਦੇ ਜਿਹੜੇ ਪੰਜਾਬ ਸਰਕਾਰ ਨੂੰ ਭਾਈ ਝਾੜ ਆ ਉਹਦੇ ਤੋਂ ਦਿਖ ਰਿਹਾ ਕਿ ਕੌਨਸੀਕੁਐਂਸਿਸ ਕੁਝ ਵੀ ਹੋ ਸਕਦੇ ਨੇ, ਕੋਰਟ ਵੀ ਬਹੁਤ ਸਖ਼ਤ ਹੋ ਗਈ ਹੈ ਪੰਜਾਬ ਦੇ ਪ੍ਰਤੀ। ਸੋ ਇਹਦਾ ਫਾਇਦਾ ਤਾਂ ਸਿਰਫ ਪੰਜਾਬ ਦੀਆਂ ਰਾਜਸੀ ਪਾਰਟੀਆਂ ਨੂੰ ਹੋਣਾ, ਪੰਜਾਬ ਦੇ ਲੋਕਾਂ ਦੇ ਘਰੇ ਤਾਂ ਸੇਵੇ ਹੀ ਬਣਨੇ ਆ। ਇਹਨਾਂ ਪਾਰਟੀਆਂ ਨੇ ਉਹ ਸੇਵਿਆਂ ਦੀ ਵੀ ਮਾਰਕੀਟਿੰਗ ਕਰਕੇ ਆਪਣੀਆਂ ਰੋਟੀਆਂ ਸੇਕਣੀਆਂ ਨੇ। ਕੇਂਦਰ ਤੋਂ ਫੰਡ ਲਈ ਜਾਣੇ ਆ, ਜਿਵੇਂ ਉਹ ਜੰਮੂ ਕਸ਼ਮੀਰ ਵਾਲੇ ਫੰਡ ਲੈਂਦੇ ਸੀ, ਕੋਈ ਪਾਕਿਸਤਾਨ ਤੋਂ ਲਈ ਜਾਂਦਾ ਸੀ, ਕੋਈ ਕੇਂਦਰੀ ਆਪਣੇ ਭਾਰਤੀ ਏਜੰਸੀਆਂ ਤੋਂ ਲਈ ਜਾਂਦਾ ਸੀ। ਇਹਨਾਂ ਦੇ ਤਾਂ ਵਪਾਰ ਆ। ਤੁਸੀਂ ਭਗਵੰਤ ਮਾਨ ਦੀ ਹਾਲਤ ਦੇਖ ਲਓ ਕਿ ਪ੍ਰਤਾਪ ਬਾਜਵੇ ਨੂੰ, ਰਾਜ ਅਵੜਿੰਗ ਨੂੰ, ਸੁਖਬੀਰ ਬਾਦਲ ਤੇ ਸੁਨੀਲ ਜਾਖੜ ਨੂੰ ਟਵੀਟ ਤੇ ਦਲਕਾਰਨ ਦਾ ਕੀ ਮਤਲਬ ਸੀ? ਤੂੰ ਆਪਣੀ ਰਾਜਸੀ ਕਮਜ਼ੋਰੀ ਸ਼ੋ ਕਰ ਰਿਹਾ ਮੇਰੇ ਵੀਰ ਭਗਵੰਤ ਮਾਨ, ਨੁਮਾਇਸ਼ ਤਾਂ ਇਹੀ ਲੱਗ ਰਹੀ ਆ। ਕਿਉਂਕਿ ਮੁੱਖ ਮੰਤਰੀ ਹੁੰਦੇ ਹੋਏ ਤੁਸੀਂ ਆਪਣੇ ਵਿਰੋਧੀਆਂ ਨੂੰ ਮੀਡੀਆ ਵਿੱਚ ਟੱਕ ਰਹੇ, ਇਹ ਕੀ ਕਰ ਰਹੇ? ਮੁੱਖ ਮੰਤਰੀ ਤੇ ਹੁੰਦੇ ਹੋਏ ਵਿਰੋਧੀ ਧਿਰ ਵਾਲਾ ਰਵੱਈਆ। ਜੇਕਰ ਇਤਿਹਾਸ ਹੀ ਸਿਰਜਣਾ ਤਾਂ ਫਿਰ ਅਸੈਂਬਲੀ ਵਿੱਚ ਬਣਾਉਂਦੇ ਨਾ, ਅਸੈਂਬਲੀ ਚ ਬੁਲਾਓ ਇਹਨਾਂ ਦੇ, ਵਾਈਟ ਪੇਪਰ ਜਾਰੀ ਕਰੋ, ਕੋਲੋ ਪ੍ਰੇਤ ਪੋਤੜੇ। ਅੱਜ 2 ਸਾਲ ਹੋ ਗਏ ਵਿਜੀਲੈਂਸ ਲੱਗੀ ਹੋਈ ਆ, ਕਿਉਂ ਨੀ ਤੁਹਾਡਾ ਸਹੀ ਹੋਇਆ? ਜਿਹੜਾ ਬੰਦਾ ਚੋਰੀ ਕਰਦਾ ਉਹਦੇ ਤੋਂ ਸਮਝੌਤੇ ਕਰਕੇ ਤੁਸੀਂ ਫੰਡ ਉਹਦੇ ਵਿੱਚ ਖਜ਼ਾਨੇ ਚ ਪਵਾ ਲੈਂਦੇ ਹੋ। ਉਹ ਜਿਹੜਾ ਵਾਲਾ ਜੰਗਲਾਤ ਮਹਿਕਮੇ ਵਾਲਾ ਕਾਂਗਰਸ ਦਾ ਮੰਤਰੀ ਸੀ, ਉਹ ਬੈਠਾ ਜ਼ਮਾਨਤ ਲਈ, ਤੁਹਾਡੇ ਤੋਂ ਕੁਛ ਨੀ ਹੋਇਆ। ਮਜੀਠੀਆ ਉੱਪਰ ਚਿੱਟੇ ਵਾਲੇ ਵਪਾਰ ਦੇ ਕੇਸ ਚੱਲੇ ਸੀ, ਉਹ ਬੈਠਾ ਘਰੇ, ਤੁਸੀਂ ਤਾਂ ਉਹਦੇ ਤੇ ਇੱਕ ਵਾਰ ਗੱਲ ਵੀ ਨੀ ਕੀਤੀ, ਤੁਸੀਂ ਤਾਂ ਉਹਦੇ ਤੇ ਕੋਈ ਉਹਨੂੰ ਇੱਕ ਵਾਰ ਬੁਲਾਇਆ ਵੀ ਨੀ ਗਿਆ। ਮੈਨੂੰ ਦੱਸ ਦਿਓ, ਜਿੱਦੇ ਵੀ ਤੁਹਾਡੀ ਸਰਕਾਰ ਆਈ ਆ, ਕੀ ਤੁਸੀਂ ਮਜੀਠੀਆ ਸਾਹਿਬ ਨੂੰ ਬੁਲਾਇਆ ਇੱਕ ਵਾਰ ਵੀ? ਤੁਹਾਡੀ ਇੰਟੈਂਸ਼ਨ ਹੀ ਨਹੀਂ ਹੋਈਆਂ। ਮੂੰਹ ਜ਼ਬਾਨੀ ਬੋਲਣ ਦਾ ਕੀ ਮਤਲਬ ਆ ਤੁਹਾਡਾ? ਕਿ ਤੁਹਾਨੂੰ ਤੱਥ ਯਾਦ ਨੇ, ਤੁਸੀਂ ਵਿਕੀਪੀਡੀਆ? ਮੀਡੀਆ ਕਿੰਨਾ ਸੱਚਾ ਸੁੱਚਾ ਜਿਹਦੇ ਵਿੱਚ ਬੁਲਾ ਕੇ ਤੁਸੀਂ ਕਰੋਗੇ ਆਪਣਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ, ਇਹ ਲੋਕ ਚੰਗੀ ਤਰ੍ਹਾਂ ਜਾਣਦੇ। ਤੁਹਾਡਾ ਆਪਣਾ ਗੋਦੀ ਮੀਡੀਆ ਹੈਗਾ ਪੰਜਾਬ ਮੋਦੀ ਸਾਹਿਬ ਵਾਂਗੂ। ਅੱਛਾ, ਇੱਕ ਹੋਰ ਗੱਲ ਆ, ਪਿਛਲੇ ਕਈ ਦਿਨਾਂ ਤੋਂ ਐ ਨੀ ਲੱਗ ਰਿਹਾ ਤੁਹਾਨੂੰ ਜਿਵੇਂ ਭਗਵੰਤ ਮਾਨ ਸੁਖਬੀਰ ਬਾਦਲ ਦੀ ਮਦਦ ਕਰ ਰਹੇ ਨੇ, ਅਕਾਲੀ ਦਲ ਨੂੰ ਚੱਕਣ ਦੀ ਕੋਸ਼ਿਸ਼ ਕਰ ਰਹੇ ਨੇ, ਸੁਖਬੀਰ ਬਾਦਲ ਦੀ ਖੋਈ ਹੋਈ ਸਾਖ ਉਸਨੂੰ ਵਾਪਸ ਦੇਣ ਦੀ ਕੋਸ਼ਿਸ਼ ਕਰ ਰਹੇ ਨੇ? ਪੰਜਾਬ ਸਰਕਾਰ ਦਾ ਪੂਰਾ ਜ਼ੋਰ ਲੱਗਿਆ, ਕਿਉਂਕਿ ਮੋਦੀ ਸਾਹਿਬ ਨੂੰ ਇਹ ਭਲੇ ਪਾਤਾ ਕਿ ਜੇ ਭਾਜਪਾ ਨੇ ਪੰਜਾਬ ਚੋਂ ਸੀਟਾਂ ਕੱਢਣੀਆਂ ਨੇ ਤਾਂ ਅਕਾਲੀ ਦਲ ਬਾਦਲ ਨਾਲ ਕੋਈ ਨਾ ਕੋਈ ਸਮਝੌਤਾ ਹੋਣਾ ਪਊ, ਪਰ ਉਹ ਕਰ ਨਹੀਂ ਸਕਦੇ ਕਿਉਂਕਿ ਅਕਾਲੀ ਦਲ ਦੀ ਸਾਖ ਨਹੀਂ ਹੈਗੀ ਇਸ ਵੇਲੇ। ਪਰ ਗਾੜੀ, ਬਹਿਬਲ ਕਲਾ, ਕੋਟਕਪੂਰਾ, ਬੁਰਜ ਜਵਾਹਰ ਸਿੰਘ ਵਾਲਾ ਕਰਨ ਤੋਂ ਬਾਅਦ ਇਹਨਾਂ ਦੀ ਸਾਖ ਬਣੂਗੀ ਕਿ ਕਪੂਰੀ ਦੇ ਮੋਰਚਾ ਲਾਉਣ ਨਾਲ ਸਿੱਖ ਤੁਹਾਡੇ ਨਾਲ ਸਾਹਮਣੇ ਆਜੂ? ਕਪੂਰੀ ਦੇ ਮੋਰਚੇ ਤੋਂ ਤੁਹਾਡਾ ਧਰਮ ਯੁੱਧ ਮੋਰਚਾ ਬਣਦਾ, ਉਸ ਤੋਂ ਬਾਅਦ ਭਾਰਤੀ ਫੌਜ ਦਰਬਾਰ ਸਾਹਿਬ ਤੇ ਹਮਲਾ ਕਰਦੀ ਆ, ਉਦੋਂ ਪੰਜਾਬ ਦੇ ਵਿੱਚ ਕਾਲਾ ਦੌਰ ਸ਼ੁਰੂ ਹੁੰਦਾ, ਸਿੱਖਾਂ ਦੇ ਮੁੰਡਿਆਂ ਨੂੰ ਮਾਰਿਆ ਜਾਂਦਾ, ਨਜਾਇਜ਼ ਮਾਰਿਆ ਜਾਂਦਾ, ਉਹਦਾ ਕੀ ਹੱਲ ਆ? ਕੀ ਤੁਸੀਂ ਉਹੀ ਹਿਸਟਰੀ ਨੂੰ ਦੁਬਾਰੇ ਲਿਖਣ ਲੱਗੇ ਆ? ਦੁਬਾਰੇ ਲਿਖਣ ਦੀ ਕੋਸ਼ਿਸ਼ ਹੋ ਰਹੀ ਹੈ। ਸੋ 5 ਵਾਰ ਤਾਂ ਏ ਜੀ ਬਦਲਤਾ ਆਪਣੇ ਭਗਵੰਤ ਮਾਨ ਨੇ, ਤੇ ਹੁਣ ਜਿਹੜਾ ਲਾਇਆ ਉਹ ਬਾਦਲ ਦਾ ਖਾਸ ਆ। ਕੀ ਅਸੀਂ ਮੰਨ ਲਈਏ ਕਿ ਆਉਣ ਵਾਲੇ ਦਿਨਾਂ ਵਿੱਚ ਬਰਗਾੜੀ, ਕੋਟਕਪੂਰਾ, ਬਹਿਬਲ ਕਲਾਂ ਅਦਾਲਤਾਂ ਚੋਂ ਕੇਸ ਹੀ ਖਾਰਜ ਹੋ ਜਾਣਗੇ? ਉਹ ਪਿੱਛੇ ਜੇ ਨਿਊਜ਼ 18 ਨੇ ਇੱਕ ਵੀਡੀਓ ਦਿਖਾਇਆ ਸੀਗਾ ਜੀ,
ਆਹ ਦੇਖੋ ਜੀ ਆਹ ਪੁਲਿਸ ਦੀ ਐਸ ਐਲ ਆਰ ਖੋਈ ਗਈ ਸੀ, ਇਹ ਸਿੰਘ ਦੇ ਕੋਲੇ ਆ, ਇਹਦੇ ਵਿੱਚੋਂ ਚੱਲਿਆ ਸੀ। ਉਹ ਐਸੇ ਕੈਸੇ ਐਂਗਲ ਤੋਂ ਤੁਸੀਂ ਬੰਦੂਕ ਲੈ ਆਏ ਕਿ ਜਿਹੜੇ ਬਾਕੀ ਦੇ ਹਜ਼ਾਰਾਂ ਵੀਡੀਓ ਪਹਿਲਾਂ ਤੋਂ ਆ ਰਹੇ ਨੇ ਬਰਗਾੜੀ ਤੋਂ, ਉਹਨਾਂ ਵਿੱਚ ਕਦੇ ਦਿਖੀ ਨਹੀਂ, ਤੁਹਾਡੇ ਵਿੱਚ ਦਿਖਣ ਲੱਗ। ਔਰ ਪਤਾ ਇਹਨਾਂ ਨੂੰ ਕਿ ਨਿਊਜ਼ 18 ਪੰਜਾਬ ਹਰਿਆਣਾ ਪੰਜਾਬ ਸਰਕਾਰ ਦੀ ਮਰਜ਼ੀ ਨਾਲ ਖ਼ਬਰਾਂ ਦਿੰਦਾ, ਇਹਨਾਂ ਦਾ ਪੂਰੇ ਦਾ ਪੂਰਾ ਦੁਮ ਛੱਲਾ। ਚੁੱਪ ਭਗਵੰਤ ਮਾਨ ਸਰਕਾਰ ਦੌਰਾਨ ਹੀ ਦੇਖਣ ਨੂੰ ਮਿਲੇਗਾ ਸਾਰਾ ਕੁਝ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣੀਆਂ ਸੀ ਅੱਜ, ਖ਼ਬਰ ਤਾਂ ਉਹ ਦੇਣੀ ਸੀ ਜਿਹਨਾਂ ਨੂੰ ਕੱਲ ਵਾਲੇ ਵੀਡੀਓ ਵਿੱਚ ਆਪਾਂ ਨਾਮ ਲਏ ਸੀ, ਪਰ ਹੁਣ ਆਹ ਖ਼ਬਰ ਵੱਡੀ ਸੀ, ਤੁਹਾਨੂੰ ਦੱਸਣਾ ਜ਼ਰੂਰੀ ਸੀ ਕਿ ਪੰਜਾਬ ਦੇ ਸਿੱਖਾਂ ਦੇ ਖ਼ਾਸ ਕਰ ਮੁੰਡਿਆਂ ਨੂੰ ਮਰਵਾਉਣ ਦੀਆਂ ਤਿਆਰੀਆਂ ਕਪੂਰੀ ਤੋਂ, ਚੰਡੀਗੜ੍ਹ ਤੋਂ ਤੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ, ਦੁਨੀਆਂ ਦੇ ਵੱਖ ਵੱਖ ਹਿੱਸਿਆਂ ਤੋਂ, ਦਿੱਲੀ ਤੋਂ ਚੱਲ ਰਹੀਆਂ ਨੇ। ਆਪਣੇ ਜਵਾਕਾਂ ਨੂੰ ਬਚਾ ਕੇ ਰੱਖੋ, ਚਾਹੇ ਉਹ ਬੇਰੁਜ਼ਗਾਰ ਨੇ ਉਹਨਾਂ ਨੂੰ ਸਮਝਾ ਕੇ ਰੱਖੋ ਕਿ ਕਈ ਵੀ ਇਹੋ ਜਿਹੀ ਚੱਕਰ ਵਿੱਚ ਨਾ ਫਸ ਜਾਣ ਜਿਹਦਾ ਐਂਡ ਸਿਰਫ ਕੁੱਜੇ ਵਿੱਚ ਆਵਾਂਗਾ ਸਵਾਹ ਬਣ ਕੇ। ਗਾਣਾ ਰਾਣੇ ਰਣਵੀਰ ਨੇ ਲਿਖਿਆ ਸੀ ਨਾ ਵੀ ਮੈਂ ਕੁੱਜੇ ਵਿੱਚ ਆਵਾਂਗਾ ਸਵਾਹ ਬਣ ਕੇ ਵਾਲਾ ਨਾ ਹੋ। ਸੋ ਸਾਨੂੰ ਹਲੇ ਪੰਜਾਬ ਨੂੰ ਕੁੱਜਿਆਂ ਦੀ ਲੋੜ ਨਹੀਂ, ਸਾਨੂੰ ਹਲੇ ਆਪਣੇ ਮੁੰਡਿਆਂ ਦੀ ਲੋੜ ਆ। ਚਾਹੇ ਉਹ ਬੇਰੁਜ਼ਗਾਰ ਹੀ ਨੇ ਪਰ ਉਹਨਾਂ ਦੀ ਤੰਦਰੁਸਤੀ ਦੀ ਅਰਦਾਸ ਹੈ, ਉਹਨਾਂ ਲਈ ਨੌਕਰੀਆਂ ਦੀ ਅਰਦਾਸ ਆ, ਉਹਨਾਂ ਲਈ ਕਿੱਤਿਆਂ ਦੀ ਅਰਦਾਸ ਹੈ। ਸੋ ਜਿਹੜੀਆਂ ਆਪਾਂ ਸੋਚਿਆ ਸੀ ਕਿ ਤੁਹਾਨੂੰ ਖ਼ਬਰ ਦੇਵਾਂਗੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ, ਭਾਈ ਕੱਲ ਨਾਮ ਕੀ ਲਿਆ, ਮਤਲਬ ਪੁੱਛੋ ਨਾ ਵੀ ਕਿਹੜੇ ਕਿਹੜੇ ਪਾਸਿਓਂ ਫੋਨ ਆਏ ਵੀ ਨਹੀਂ ਬੋਲਣਾ ਜੀ, ਨਹੀਂ ਬੋਲਣਾ ਤੁਸੀਂ, ਚਲੋ ਆਪਾਂ ਨਹੀਂ ਬੋਲਦੇ, ਪਰ ਉਹ ਤਾਂ ਬੋਲ ਸਕਦੇ ਨੇ। ਹੁਣ ਇਹਦਾ ਇਹ ਕਰਤਾ ਕਿ ਪੰਜਾਬ ਨਾਮੇ ਦਾ ਕੈਮਰਾ ਉਹਨਾਂ ਦੇ ਘਰੇ ਜਾਏਗਾ, ਉਹਨਾਂ ਦੇ ਕੋਲ ਜਾਏਗਾ। ਜਿਹੜੇ ਕੱਲ ਤੱਕ ਫੋਨ ਕਰਦੇ ਨਹੀਂ ਥੱਕਦੇ ਸਨ, ਉਹਨਾਂ ਨੂੰ ਕਹਿ ਦਿਓ ਵੀ ਤਿਆਰ ਹੋ ਜਾਣ, ਕੈਮਰੇ ਦੇ ਪੂਰੇ ਆ ਕੇ ਹੀ ਜਵਾਬ ਦੇਣਾ ਪਵੇਗਾ ਸਵਾਲਾਂ ਦਾ ਸੰਗਤ ਦਿਆਂ ਦਾ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਪੰਜਾਬ ਨਾਵਾ ਉਹਨਾਂ ਦੇ ਘਰੋਂ ਘਰੀ ਪਹੁੰਚ ਕੇ ਪੰਜ ਸਵਾਲ ਕਰੇਗਾ, ਕੇਵਲ ਪੰਜ ਸਵਾਲ। ਉਹ ਪੰਜਾਂ ਸਵਾਲਾਂ ਦੇ ਜਵਾਬ ਉਹਨਾਂ ਨੇ ਦੇਣੇ ਹੋਣਗੇ, ਤੇ ਸਵਾਲ ਤੁਹਾਨੂੰ ਪਹਿਲੇ ਪ੍ਰੋਗਰਾਮ ਦੇ ਵਿੱਚ ਸਾਹਮਣੇ ਆ ਜਾਣਗੇ, ਉਹੀ ਪੰਜ ਸਵਾਲ, ਤੇ ਉਹ ਵੀ ਅਸੀਂ ਕਰਾਂਗੇ ਤੁਹਾਡੇ ਸਾਹਮਣੇ ਸੰਗਤ ਦੇ ਨਾਲ ਜੁੜ ਕੇ ਕਰਾਂਗੇ। ਸੋ ਚਲੋ ਹੁਣ ਕਿਹਦੇ ਤੋਂ ਸ਼ੁਰੂ ਕਰੀਏ, ਤੁਸੀਂ ਕਮੈਂਟ ਸੈਕਸ਼ਨ ਵਿੱਚ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਨਾਮ ਲਿਖ ਕੇ ਭੇਜੋ ਕਿ ਕਿਹਦੀ ਕਿਹਦੀ ਇੰਟਰਵਿਊ ਸੀ। ਇਜਾਜ਼ਤ ਦਿਓ ਹਕਸਾਰ ਨੂੰ, ਗੁਰਮਿੰਦਰ ਸਮਧ ਨੂੰ, ਇਸੇ ਤਰ੍ਹਾਂ ਜੁੜੇ ਰਹੋ ਪੰਜਾਬ ਨਾਵਾਂ ਦੇ ਨਾਲ। ਪੂਰਾ ਵੀਡੀਓ ਦੇਖਣ ਲਈ ਤੁਹਾਡੇ ਤੋਂ ਹਮਲ ਲਈ ਬਹੁਤ ਬਹੁਤ ਸ਼ੁਕਰੀਆ। ਆਪਣੇ ਸਾਹਿਬ ਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।